ਸੋ ਇਸ ਤਰ੍ਹਾਂ ਸਮਝਦਾ ਕਿ ਜਿਹੜਾ ਭਗਵੰਤ ਮਾਨ ਨੂੰ ਆਪਣੀ ਉਹ ਹੋਰ ਕੰਮ ਛੱਡ ਕੇ ਹੋਰ ਰਾਜਾਂ ਜਾਣ ਨਾਲੋਂ ਪੰਜਾਬ ਦੇ ਹਿੱਤ ਨੂੰ ਮੁੱਖ ਰੱਖ ਕੇ ਪੰਜਾਬ ਸੈਂਟਰਿਕ ਪੋਲਿਸੀ ਬਣਾਉਣੀ ਚਾਹੀਦੀ ਹੈ ਅਤੇ ਸਾਨੂੰ ਇਹ ਦੂਜਿਆਂ ਨੂੰ ਸਹਿਯੋਗ ਕਰਨਾ ਚਾਹੀਦਾ। ਕੀ ਨਰਿੰਦਰ ਮੋਦੀ ਇਸਦੇ ਸਮਰੱਥ ਹੈਗੇ ਨੇ ਕਿ ਉਹ ਇੱਕ ਤਰ੍ਹਾਂ ਦਾ ਉਸ ਤਰ੍ਹਾਂ ਕਿੰਨਾ ਪ੍ਰਭਾਵ ਦੇ ਸਕਣ ਅਤੇ ਜਿਵੇਂ ਸੱਚਮੁੱਚ ਰੂਪ ਵਿੱਚ ਵਰਲਡ ਪਾਵਰ ਬਣਨੀ ਚਾਹੀਦੀ ਹੈ? ਚਾਹੇ ਸਿਰਸਾ ਵਰਗੇ ਨੇ, ਚਾਹੇ ਹਰਿਆਣੇ ਵਰਗੇ ਨੇ, ਚਾਹੇ ਕੋਈ ਇੰਡੀਆ ਦੇ ਵਿੱਚ ਨੇ, ਪੰਜਾਬ 'ਚ ਨੇ, ਸਿੱਖ ਨੇ, ਹਰ ਬੰਦਾ ਬਣਨੀ ਵਿਕਮ ਵਿਕਾਊ ਵਾਲ ਹੈ ਜੀ। ਆਪਣੀ ਕੀਮਤ ਬਣਾਈ ਬੈਠਾ ਜੀ। ਇਸ ਵਾਰ ਸੋਚਣ ਦੀ ਕਈ ਸੋਚਣ ਦਾ ਉਹਨਾਂ ਨੇ ਜ਼ਹਿਮਤ ਹੀ ਨਹੀਂ ਉਠਾਈ। ਗੁਰੂ ਨਾਨਕ ਦਾ ਜਿਹੜਾ ਮਾਡਲ ਹੈ ਨਾ ਜੀ, ਕਰਤਾਰਪੁਰੀ ਮਾਡਲ, ਸਾਡੇ ਵਿੱਚ ਉਹ ਰਸਤਾ ਦਿਖਾ ਸਕਦਾ। ਇੱਕ ਮਿਸ਼ਨ ਪੰਜਾਬ ਸ਼ੁਰੂ ਕਰੀਏ, ਬੜੀ ਇਮਾਨਦਾਰੀ ਨਾਲ ਆਉਣ ਵਾਲੇ ਸਮੇਂ 'ਚ ਨਵਾਂ ਪੰਜਾਬ ਕਿਵੇਂ ਉਸਾਰੋ। ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਇੱਕ SYL ਦਾ ਹਾਂਜੀ, ਉਹ ਫਿਰ ਜਿਹੜਾ ਹੁਣ ਖੜਾ ਹੋ ਗਿਆ ਕਿ ਜਿਹੜੀ ਆਪਣੀ ਸੁਪਰੀਮ ਕੋਰਟ ਨੇ ਜਿਵੇਂ ਕਿਹਾ ਵੀ ਇਹ ਜਿਹੜਾ ਇਹਨੂੰ ਬਣਾਇਆ ਜਾਵੇ, ਅਤੇ ਹੁਣ ਸਾਰੀਆਂ ਪਾਰਟੀਆਂ ਜਿਹੜੀਆਂ ਇਕੱਠੀਆਂ ਹੋ ਗਈਆਂ ਉਹ ਬਿਆਨ ਆ ਰਹੇ ਨੇ ਉਹਨਾਂ ਦੇ, ਅਤੇ ਭਗਵੰਤ ਮਾਨ ਨੇ ਵੀ ਕਿਹਾ ਵੀ ਸਾਡੇ ਕੋਈ ਪਾਣੀ ਨਹੀਂ ਹੈਗਾ, ਅਤੇ ਇਹ ਮੁੱਦਾ ਜਿਹੜਾ ਹੈਗਾ ਇਹਦੇ 'ਤੇ ਬੜਾ ਵਿਵਾਦ ਹੋਇਆ ਸੀ। ਸਰ ਗੁਰਦੇਵ ਸਿੰਘ ਜੀ, ਜਿਹੜਾ SYL ਦਾ ਮੁੱਦਾ ਜਾਂ ਪੰਜਾਬ ਨਾਲ ਜਿਹੜੇ ਜੁੜੇ ਹੋਏ ਹੋਰ ਇਸ਼ੂਜ਼ ਹੈਗੇ ਨੇ, ਚੰਡੀਗੜ੍ਹ ਦਾ ਮੁੱਦਾ ਹੈ, ਪਾਣੀਆਂ ਦਾ ਮੁੱਦਾ ਹੈ, ਜਾਂ ਜਿਹੜਾ ਸਾਡਾ ਮਤਲਬ ਜੋ ਉਹ ਸੰਸਿਆੜ ਸਤਾੜ ਦਾ ਜਿਹੜਾ ਇੱਕ ਅਨਫਿਨਿਸ਼ਡ ਏਜੰਡਾ ਹੈ, ਉਸ ਉਹ ਅਜੇ ਫੋਰ ਕਲੋਜ਼ ਨਹੀਂ ਹੋਏ, ਉਸਦੀ ਕਲੋਜ਼ ਨਹੀਂ ਹੋਇਆ। ਇਹ ਬੜਾ ਦੁਖਦਾਈ ਸਾਡੇ ਇਹ ਜਿਹੜੀ ਵੋਟਾਂ ਦੇ ਜਾਂ ਇਹਨਾਂ ਦੇ ਲਾਗੇ ਆ ਕੇ ਕਿਉਂ ਉੱਠ ਜਾਂਦਾ ਆ ਕੇ ਹਰ ਵਾਰ? ਇਹ ਸਾਰਾ ਹੈ ਹੀ ਹੈ ਜੀ। ਚਲੋ ਤਾਂ ਕੋਰਟ ਨੇ ਆਰਡਰ ਦਿੱਤਾ ਹੈ, ਉਹਦਾ ਕੋਈ ਵੋਟਾਂ ਨਾਲ ਤਲਕ ਨਹੀਂ ਹੈਗਾ, ਪਰ ਸਵਾਲ ਇਹ ਵੀ ਜਿਹੜਾ 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 ਇਸ਼ੂ ਤਾਂ ਪੋਲੀਟੀਕਲ ਹੈ ਨਾ ਜੀ, ਚਾਹੇ ਉਹ ਖੱਟੜ ਸਾਹਿਬ ਚਲਾਰ ਚੱਕ ਲੈਂਦੇ ਨੇ, ਚਾਹੇ ਹਿਮਾਚਲ ਚੱਕ ਲੈਂਦਾ, ਚਾਹੇ ਕੋਈ ਚੱਕ ਲੈਂਦਾ, ਇਹ ਤਾਂ ਸਾਰਾ ਇਸ਼ੂ ਪੋਲੀਟੀਕਲ ਹੈ ਨਾ ਜੀ, ਹਰ ਬੰਦਾ ਪੋਲੀਟੀਕਲ ਗੇਨ ਕਰ ਲੈ ਰਿਹਾ। ਹੁਣ ਇਹਦੇ 'ਚ ਜਿਹੜਾ SYL ਦਾ ਜਿਹੜਾ ਇਸ਼ੂ ਲੈ ਕੇ ਆਇਆ ਸੁਪਰੀਮ ਕੋਰਟ, ਉਹ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਕੇਸ, ਉਹਨਾਂ ਨੇ ਹੁਣ ਦੀ ਜਿਹੜੀ ਹੈਗੀ ਹੈ ਉਹ ਤਰੀਕ ਦੇ ਵਿੱਚ ਕਿਹਾ ਕਿ ਤੁਸੀਂ ਆਪ ਫੈਸਲਾ ਕਰ ਲਓ, ਨਹੀਂ ਅਸੀਂ ਆਪਣਾ ਫੈਸਲਾ ਕਰਾਂਗੇ। ਪਹਿਲਾਂ ਉਹਨਾਂ ਨੇ ਸਰਕਾਰ ਨੂੰ ਵੀ ਕਿਹਾ, ਮੌਕਾ ਦਿੱਤਾ, ਪਹਿਲਾਂ ਇਹਨਾਂ ਨੂੰ ਕਿਹਾ ਤੁਸੀਂ ਬੈਠ ਕੇ ਫੈਸਲਾ ਕਰ ਲਓ, ਫਿਰ ਨਹੀਂ ਫੈਸਲਾ ਹੋਇਆ, ਫਿਰ ਉਹ ਕੇਂਦਰ ਸਰਕਾਰ ਦੀ ਇੰਟਰਵੈਂਸ਼ਨ ਮੰਗੀ ਗਈ, ਫਿਰ ਨਹੀਂ ਹੋਇਆ ਜੀ। ਹੁਣ ਕੋਰਟ ਨੇ ਫਿਰ ਕਿਹਾ ਹੁਣ 20 ਜਨਵਰੀ ਅੱਗੇ ਜਾ ਕੇ ਤਰੀਕ ਹੈਗੀ ਹੈ। ਸੋ ਮੈਂ ਸਮਝਦਾ ਜੀ ਕਿ ਇਹ ਪੰਜਾਬ ਦੇ ਸਿਰ 'ਤੇ ਬਹੁਤ ਵੱਡੀ ਇੱਕ ਲੜਾਈ ਹੈਗੀ ਹੈ। ਇਹ ਕਾਰਨ ਹੀ ਨਹੀਂ ਹੈਗੇ, ਇਹ ਮੁੱਦੇ ਜਿਹੜੇ ਹੈਗੇ ਵੀ ਜਿਹੜੇ ਵੱਖਵਾਦੀ ਵਾਲੀਆਂ ਗੱਲਾਂ ਕਰਦੇ ਨੇ ਜਾਂ ਕਹਿ ਦਿੰਦੇ ਆ ਵੀ ਇਹ ਇੱਕ ਜਿਹੜਾ ਇਹੀ ਹੈ ਵੀ ਜੇ ਪੰਜਾਬ ਨੂੰ ਇਸ ਨਜ਼ਰ ਨਾਲ ਦੇਖਿਆ ਜਾ ਰਿਹਾ ਤਾਂ ਉਹ ਕਿਤੇ ਨਾ ਕਿਤੇ ਉਹ ਉੱਥੇ ਇਹ ਕੰਮ ਕਰ ਰਹੀ ਹੈ ਗੱਲ। ਦੇਖੋ ਪੰਜਾਬ ਨੂੰ ਤਾਂ ਉਹਨੇ ਲੁੱਟਣ ਵਾਸਤੇ ਲੁੱਟਣਾ ਹੈ ਜੀ, ਉਹਨਾਂ ਨੇ ਪੰਜਾਬ ਨੂੰ ਹਮੇਸ਼ਾ ਪਰੇਸ਼ਾਨ ਕਰਨਾ ਹੈ, ਸਿੱਖਾਂ ਦੀ ਗੱਲ ਕੋਈ ਨਾ ਕੋਈ ਲੜਾਈ ਪਾ ਰੱਖਣੀ ਹੈ ਜੀ। ਦੇਖੋ ਦੋ ਸਰਕਾਰਾਂ ਦੇ ਵਿੱਚ ਲੰਘੇ ਆ ਪਿੱਛੇ ਜੀ, ਅਕਾਲੀ ਅਤੇ ਕਾਂਗਰਸ, ਹੁਣ ਤੀਸਰੀ ਸਰਕਾਰ ਆਈ ਹੋਈ ਹੈ, ਇਹਦੇ ਆਪਣੇ ਇੱਕ ਮਤਲਬ ਹਿੱਤ ਹੈਗੇ ਨੇ, ਹਿਮਾਚਲ 'ਚ ਇਸ ਨੂੰ ਲੜਨੀ ਹੈ, ਰਾਜਸਥਾਨ 'ਚ ਲੜਨੀ, ਸਾਰਾ ਕੁਝ ਲੜਨੀ ਨੇ। ਸੋ SYL ਦਾ ਮੁੱਦਾ ਨਾ ਫੁੱਟਬਾਲ ਬਣ ਗਿਆ ਹੋਇਆ, ਮਤਲਬ ਇੱਕ ਹਿੱਟ ਮਾਰਦੇ ਇਸ ਪਾਸੇ ਚੱਲਦਾ, ਹਿੱਟ ਉਸ ਪਾਸੇ ਮਾਰਦਾ ਹੈ, ਮਸਲਾ ਹੱਲ ਨਹੀਂ ਹੁੰਦਾ ਜੀ। ਅਲਟੀਮੇਟਲੀ ਸਿੱਖ ਲੜਾਈ ਬਣਨੀ ਹੈ ਜੀ, ਸੰਘਰਸ਼ ਲੜੇਗਾ, ਹੋਰ ਸੰਘਰਸ਼ ਚੜ੍ਹਿਆ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਟੀਮਾਂ ਭੇਜੀਆਂ ਜਾਣ SYL ਲਹਿਰ ਦੀਆਂ, ਸਰਵੇ ਕੀਤਾ ਜਾਣ ਦੁਬਾਰਾ, ਹੁਣ ਸਰਵੇ ਕਿਵੇਂ ਹੋਣ? ਹੁਣ ਉਹ ਜ਼ਮੀਨ ਤਾਂ ਜਾ ਰਹੇ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਦੇ ਦਿੱਤੀ, ਮਾਲਕਾਂ ਨੂੰ ਦੇ ਦਿੱਤੀ ਹੋਈ ਹੈ, ਅਤੇ ਕਈ ਜਗ੍ਹਾ ਟੁੱਟ ਵੀ ਗਈ ਹੋਈ ਸਾਰੇ ਪਾਸੇ ਹੋ ਗਈ ਹੈ, ਹੁਣ ਉਸ ਦੇ ਨਾਲ ਅੜਚਣ ਆ ਜਾਣੀ ਹੈ। ਦੂਸਰੀ ਗੱਲ ਇਹ ਆਉਣੀ ਹੈ ਜੀ ਕਿ ਜਿਹੜਾ ਇਹ ਪੰਜਾਬ ਦਾ ਬੜਾ ਸੈਂਸਿਟਿਵ ਇਸ਼ੂ ਹੈ, ਭਾਵਕ ਇਸ਼ੂ ਹੈ ਪੰਜਾਬ ਵਾਸਤੇ, ਪੰਜਾਬ ਦੇ ਜੀਵਨ ਮਰਨ ਦਾ ਸਵਾਲ ਹੈ। ਸਾਡਾ ਪਾਣੀ ਗਰਾਊਂਡ ਵਾਟਰ ਥੱਲੇ ਜਾਈ ਜਾ ਜਾਂਦਾ ਜੀ, 17 ਲੱਖ ਜਿਹੜੇ ਟਿਊਬਵੈਲ ਹੋ ਚੁੱਕੇ ਨੇ, ਅਸੀਂ ਆਪਣਾ ਪੰਜਾਬ ਦਾ ਜਿਹੜਾ ਜ਼ਮੀਨੀ ਪਾਣੀ ਉੱਪਰਲਾ ਪਾਣੀ ਵਰਤ ਨਹੀਂ ਰਹੇ, ਫਿਰ ਵੀ ਇਹਦੇ 'ਚ ਕਈ ਪ੍ਰੋਬਲਮਸ ਹੈਗੀਆਂ ਨੇ। ਸੋ ਇਹ ਜਿਹੜਾ ਇਸ਼ੂਜ਼ ਹੈ ਨਾ ਜੀ, ਇਹ ਬੜਾ ਸੈਂਸਿਟਿਵ ਇਸ਼ੂ ਹੈ ਔਰ ਸਾਡੇ ਜੀਵਨ ਮਰਨ ਨਾਲ ਸੰਬੰਧ ਰੱਖਦਾ ਹੈ, ਇਸ ਵਾਸਤੇ ਸਾਰੇ ਰਲ ਕੇ ਚੱਲਣਾ ਚਾਹੀਦਾ। ਹਰ ਬੰਦਾ ਰਾਜਨੀਤੀ ਬਣਾਉਣ ਲੱਗ ਪੈਂਦਾ ਵੀ ਕੇਸ ਨਹੀਂ ਪੇਸ਼ ਕੀਤਾ ਜਾਂ ਉਹ ਨਹੀਂ ਕੀਤਾ, ਕਿੰਨੀ ਕੇਸ ਕੀਤਾ ਵੱਖਰੀ ਗੱਲ ਹੈ, ਕਿਵੇਂ ਨਹੀਂ ਕੀਤਾ, ਅਗਰ ਨਹੀਂ ਕਰ ਸਕੇ ਤਾਂ ਹੋਰ ਨੁਕਸਾਨ ਨਾ ਹੋ ਜਾਵੇ, ਸਾਰੇ ਇਕੱਠੇ ਹੋਣ। ਹੁਣ ਇਸ ਵਾਸਤੇ ਮੈਂ ਸਮਝਦਾ ਜੀ ਕਿ ਪੰਜਾਬੀਆਂ ਨੂੰ, ਪੰਜਾਬ ਦੇ ਸਾਰੀਆਂ ਪਾਰਟੀਆਂ ਨੂੰ ਕੋਈ ਜੁਆਇੰਟ ਸਟੈਂਡ ਲੈਣਾ ਚਾਹੀਦਾ, ਕਿਉਂਕਿ ਇਹ ਨਾ ਇਹ ਲੜਾਈ ਫਿਰ ਲੜ ਲਵੇ, ਲੇਕਿਨ ਲੜਾਈ ਤਾਂ ਜਿਹੜੀ ਹੈ ਨਾ ਉਹ ਲੜਨੀ ਪਏਗੀ ਜੀ ਇਸ ਵਾਸਤੇ। ਦੂਸਰੀ ਗੱਲ ਜਿਹੜੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਹਿੱਤਾਂ ਲਈ ਲੜਨਾ ਚਾਹੀਦਾ,
ਕਿੰਨਾ ਖੂਨ ਡੁੱਲ ਗਏ ਨਾ ਮੰਗਾਂ ਪੂਰਾ ਪੂਰ ਕਰਨ ਵਾਸਤੇ ਹੁਣ ਐਸ ਵਾਈ ਐਲ ਦਾ ਜਦੋਂ ਤੋੜਨ ਵਾਸਤੇ ਜਾਂ ਇਹਦੇ ਵਾਸਤੇ ਮਤਲਬ ਗੋਲੀਆਂ ਚੱਲੀਆਂ ਜਾਂ ਲੇਬਰ ਮਾਰੀ ਗਈ ਕਿੰਨਾ ਨੁਕਸਾਨ ਹੋਇਆ ਜੀ ਤੇ ਕਿੰਨੇ ਸਾਡੇ ਸ਼ਹੀਦੀ ਵੀ ਚਲੇ ਗਏ ਸੋ ਇਸ ਕਰਕੇ ਮੈਂ ਸਮਝਦਾ ਇਹ ਇੱਕ ਮੁੱਦਾ ਹੈਗਾ ਜਿਹੜਾ ਕਿ ਮੈਨੂੰ ਹੋ ਸਕਦਾ ਵੀ ਇਹ ਪੰਜਾਬ ਦਾ ਜਿਹੜਾ ਗਵਰਨਰ ਨਹੀਂ ਜਿਹੜੇ ਮੁੱਖ ਮੰਤਰੀ ਨੇ ਇਸ ਨੂੰ ਚੰਗੀ ਤਰ੍ਹਾਂ ਹੈਂਡਲ ਨਾ ਕਰ ਸਕਣ ਉਹਦੀ ਮਤਲਬ ਸਮਰੱਥਾ ਵੀ ਨਹੀਂ ਲੱਗਦੀ ਕਿਉਂਕਿ ਨਵੇਂ ਅਫਸਰ ਨੇ ਅਫਸਰਸ਼ਾਹੀ ਤੇ ਸਰਕਾਰ ਦੇ ਵਿੱਚ ਗੈਪ ਹੈ ਇੱਕ ਤਰ੍ਹਾਂ ਦਾ ਵੈਕਿਊਮ ਹੈ ਪੋਲੀਟੀਕਲ ਵੈਕਿਊਮ ਦੇ ਵਿੱਚ ਜਿਹੜਾ ਪੰਜਾਬ ਹੋਰ ਕਈ ਸਮੱਸਿਆ ਵਿੱਚ ਗ੍ਰਸਤ ਹੈ ਸਾਡਾ ਜਿਹੜਾ ਹੁਣ ਕਰਜ਼ੇ ਨੂੰ ਕਰਜ਼ੇ ਦਾ ਵਿਆਜ ਲਾਉਣ ਵਿੱਚ ਕਰਜ਼ਾ ਚੁੱਕਣਾ ਪੈਂਦਾ ਹੈ ਪੰਜਾਬ ਕ੍ਰਾਈਸਿਸ ਆ ਗਏ ਨਾ ਜੀ ਪੰਜਾਬ ਦੇ ਢਾਂਚਾਗਤ ਸਮੱਸਿਆਵਾਂ ਨੇ ਵਿੱਦਿਅਕ ਸਮੱਸਿਆਵਾਂ ਨੇ ਸਾਡੇ ਆਰਥਿਕ ਸਮੱਸਿਆਵਾਂ ਨੇ ਖੇਤੀਬਾੜੀ ਸਮੱਸਿਆਵਾਂ ਨੇ ਕਿੰਨੀਆਂ ਸਮੱਸਿਆਵਾਂ ਨੇ ਇੱਕ ਹੋਰ ਸਮੱਸਿਆ ਆ ਗਈ ਹੈ ਸੋ ਸੱਤ ਮੈਂ ਸਮਝਦਾ ਕਿ ਜਿਹੜਾ ਭਗਵੰਤ ਮਾਨ ਨੂੰ ਆਪਣੀ ਜਿਹੜੀ ਉਹ ਹੋਰ ਕੰਮ ਛੱਡ ਕੇ ਹੋਰ ਰਾਜਾਂ ਜਾਣ ਨਾਲੋਂ ਪੰਜਾਬ ਦੇ ਹਿੱਤ ਨੂੰ ਮੁੱਖ ਰੱਖ ਕੇ ਪੰਜਾਬ ਸੈਂਟਰਿਕ ਪੋਲਿਸੀ ਬਣਾਉਣੀ ਚਾਹੀਦੀ ਹੈ ਅਤੇ ਸਾਨੂੰ ਇਹ ਦੂਜਿਆਂ ਸਹਿਯੋਗ ਕਰਨਾ ਚਾਹੀਦਾ ਰਾਣਾ ਫਿਰ ਲੜ ਲਾਂਗੇ ਸੋ ਇਸ ਵਾਸਤੇ ਮੈਂ ਸਮਝਦਾ ਕਿ ਜਿਹੜੀ ਸਾਰੀ ਇਹ ਲੜਾਈ ਹੈ ਨਾ ਜੀ ਇਹ ਆਉਣ ਵਾਲੇ ਸਮੇਂ 'ਚ ਹੋਰ ਵਧੇਗੀ ਚੋਣਾਂ ਦੇ ਵਿੱਚ ਹੋਰ ਭਖੇਗੀ ਅਤੇ ਇਸ ਨਾਲ ਕੀ ਹੈ ਕਿ ਅਲਟੀਮੇਟਲੀ ਪੰਜਾਬ ਦਾ ਨੁਕਸਾਨ ਨਾ ਹੋਵੇ ਇਹ ਮੇਰਾ ਮਤਲਬ ਕੰਸਰਨ ਹੈ ਇੰਡੀਆ ਦੇ ਨਾਲ ਕੌਣ ਹੈ ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕੀਤੀ ਸੀ ਵੀ ਮਾਲਦੀਵ ਵੀ ਅੱਖਾਂ ਦਿਖਾਉਣ ਲੱਗ ਪਿਆ ਹੈ ਅਤੇ ਚਾਈਨਾ ਨਾਲ ਸਾਡੀ ਬਣਦੀ ਨਹੀਂ ਹੈਗੀ ਪਾਕਿਸਤਾਨ ਤਾਂ ਸਾਡਾ ਜਨ ਬਣਨ ਦੇ ਨਾਲ ਹੀ ਵੈਰੀ ਸੀ ਤੁਸੀਂ ਕਰਦੇ ਨਾ ਜੀ ਇਹ ਜਿਹੜੀ ਹੈ ਹਿੰਦੁਸਤਾਨ ਦੀ ਜਿਹੜੀ ਫੋਰਨ ਪੋਲਿਸੀ ਹੈ ਨਾ ਉਹਦਾ ਫੇਲਿਓਰ ਹੈ ਇੱਕ ਪਾਸੇ ਤਾਂ ਹਿੰਦੁਸਤਾਨ ਦਾ ਜਿਹੜੀ ਫੋਰਨ ਪੋਲਿਸੀ ਫੇਲਿਓਰ ਹੈ ਜੀ ਇੱਕ ਪਾਸੇ ਤਾਂ ਤੁਸੀਂ ਦੇਖਿਓ ਅਸੀਂ ਹਿੰਦੁਸਤਾਨ ਦੀ ਦੁਨੀਆਂ ਦੀ ਤਾਕਤ ਬਣ ਰਹੇ ਹਾਂ ਜੀ ਸਬਮਿਟ ਕਰਾਇਆ ਬ੍ਰਿਕਸ ਬਣਾਏ ਸਾਰਾ ਇਹ ਤਾਂ ਕੋਈ ਦੋ ਰਾਵਾਂ ਨੇ ਕਿ ਆਬਾਦੀ ਇੰਨੀ ਹੈ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿ ਹਿੰਦੁਸਤਾਨ ਇਹਨਾਂ ਸਾਰੀਆਂ ਜਿਹੜੀਆਂ ਵਰਲਡ ਪਾਵਰਸ ਨੂੰ ਮਤਲਬ ਵੱਡਾ ਬਾਜ਼ਾਰ ਹੈ ਇੱਥੇ ਦਾ ਮਾਲ ਵਿਕਦਾ ਉਹਨੂੰ ਮੰਡੀ ਚਾਹੀਦੀ ਹੈ ਹਿੰਦੁਸਤਾਨ ਨੂੰ ਫੋਰਨ ਐਕਸਚੇਂਜ ਚਾਹੀਦਾ ਮੰਡੀ ਚਾਹੀਦੀ ਹੈ ਮਾਲ ਚਾਹੀਦਾ ਹੈ ਐਕਸਪੋਰਟ ਇੰਪੋਰਟ ਦੀ ਗੱਲ ਹੈ ਸਭ ਹਿੱਤ ਤਾਂ ਹੈਗੇ ਨੇ ਪਰ ਸਵਾਲ ਇਹ ਵੀ ਹਿੰਦੁਸਤਾਨ ਕੀ ਇਸ 'ਤੇ ਸਮਰੱਥ ਹੈ ਕਿ ਨਰਿੰਦਰ ਮੋਦੀ ਇਸਦੇ ਸਮਰੱਥ ਹੈਗੇ ਨੇ ਕਿ ਉਹ ਇੱਕ ਤਰ੍ਹਾਂ ਦਾ ਉਸ ਤਰ੍ਹਾਂ ਕਿੰਨਾ ਪ੍ਰਭਾਵ ਦੇ ਸਕਣ ਕਿ ਜਿਵੇਂ ਇੱਕ ਸੱਚਮੁੱਚ ਰੂਪ ਵਿੱਚ ਵਰਲਡ ਪਾਵਰ ਬਣਨੀ ਚਾਹੀਦੀ ਹੈ ਸੋ ਇਸ ਵਾਸਤੇ ਜਦੋਂ ਇੱਕ ਜਿਹੜੀ ਸਾਰ ਕੰਟਰੀਜ਼ ਨੇ 7 ਕੰਟਰੀ ਹੈਗੇ ਨੇ ਹਿੰਦੁਸਤਾਨ ਦੇ ਆਲੇ ਦੁਆਲੇ ਅਗਰ ਤੁਹਾਡਾ ਉਹਨਾਂ ਨਾਲ ਹੀ ਤਾਲਮੇਲ ਨਹੀਂ ਹੈਗਾ ਜਾਂ ਉਹਨਾਂ ਨਾਲ ਸਾਡਾ ਆਪਸੀ ਭਾਈਚਾਰਕ ਸਾਂਝ ਨਹੀਂ ਹੈਗੀ ਤਾਂ ਤੁਸੀਂ ਬਾਹਰ ਦੇਸ਼ਾਂ ਨੂੰ ਕੀ ਕਰ ਸਕਦੇ ਹੋ ਹੁਣ ਮੈਂ ਐਗਜ਼ਾਮਪਲ ਦੇਣਾ ਤੁਹਾਨੂੰ ਚਾਈਨਾ ਦੀ ਚਾਈਨਾ ਵੀ ਏਸ਼ੀਆ ਦੀ ਪਾਵਰ ਹੈ ਇਮਰਜ ਹੋ ਚੁੱਕੀ ਪਾਵਰ ਦੁਨੀਆਂ ਦੀ ਦੂਜੀ ਤਾਕਤ ਹੈ ਅਮੈਰੀਕਾ ਤੋਂ ਬਾਅਦ ਪਰ ਸਵਾਲ ਇਹ ਹੈ ਵੀ ਜਿੱਥੇ ਚਾਈਨਾ ਦੇ ਕੋਲ ਉਤਾਰੀ ਤਕਰੀਬਨ ਪਿੱਛੇ ਕਿਊਬਾ ਦੇ ਵਿੱਚ ਇੱਕ ਸਮਿਟ ਹੋਇਆ ਸੀ ਉਹ 'ਚ 77 ਦੇਸ਼ ਸ਼ਾਮਿਲ ਹੋਏ ਸੀ ਹਿੰਦੁਸਤਾਨ ਸ਼ਾਮਿਲ ਸੀ ਹੋਇਆ ਔਰ ਉਹਦੇ ਵਿੱਚ ਉਹਨਾਂ ਨੇ 100 ਦੇਸ਼ਾਂ ਨੇ ਦਾ ਸੰਬੰਧ ਜਿਹੜੇ ਇਹਨੇ ਚਾਈਨਾ ਨਾਲ ਬੜੇ ਹੋਏ ਨੇ ਵਪਾਰਕ ਨੇ ਆਰਥਿਕ ਨੇ ਇਹ ਮਦਦ ਕਰਦਾ ਜਾ ਕੇ ਉਹਨਾਂ ਤੋਂ ਔਰ ਉਹਨਾਂ ਵਪਾਰ ਚੱਲਦਾ ਐਵੇਂ ਤਾਂ ਹਿੰਦੂ ਚਾਈਨਾ ਵੱਡਾ ਤਾਕਤ ਨਹੀਂ ਬਣੀ ਜਾ ਰਿਹਾ ਸੋ ਮੈਂ ਸਮਝਦਾ ਕਿ ਇਹ ਜਿਹੀ ਸਥਿਤੀ ਪੰਜਾਬ ਹਿੰਦੁਸਤਾਨ ਦੀ ਕਦੋਂ ਆਏਗੀ ਇਹ ਬਿਲਕੁਲ ਸਪਸ਼ਟ ਹੈ ਕਿ ਜਦੋਂ ਤੁਸੀਂ ਜਿੱਤੇ ਕਹਿੰਦੇ ਵੀ ਜਿਹਦੇ ਕਰਦਾੜੇ ਦੇ ਕਮਲੇ ਵਿਛਾੜੇ ਹਿੰਦੁਸਤਾਨ ਕੋਲ ਆਪਣੇ ਤਾਂ ਸਥਿਤੀ ਬਣ ਨਹੀਂ ਰਹੀ ਜੀ ਅਸੀਂ 85 ਕਰੋੜ ਲੋਕਾਂ ਨੂੰ ਫਰੀ ਰਾਸ਼ਨ ਦਿੱਤਾ ਜਾ ਰਿਹਾ ਹੋਰ ਇੰਨੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਲੇਕਿਨ ਹਿੰਦੁਸਤਾਨ ਜਿਹੜੇ ਆ ਉਹ ਦੁਨੀਆਂ ਨੂੰ ਕੀ ਦੇ ਸਕੇਗਾ ਇਸ ਵਾਸਤੇ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਇਹ ਜਿਹੜੀ ਫੋਰਨ ਪੋਲਿਸੀ ਦੀ ਫੇਲਿਓਰ ਹੈ ਕਿ ਜਿਹੜਾ ਹਰ ਛੋਟਾ ਜਿਹਾ ਦੇਸ਼ ਵੀ ਅੱਖਾਂ ਦਿਖਾਉਂਦਾ ਅਤੇ ਇਹ ਇਹ ਹਿੰਦੁਸਤਾਨ ਆਉਣ ਵਾਲੇ ਸਮੇਂ 'ਚ ਆਪਣੇ ਅੰਦਰੂਨੀ ਮਸਲੇ ਕਿਵੇਂ ਹੱਲ ਕਰੇਗਾ ਕਿਉਂਕਿ ਜਿਹੜਾ ਦੇਸ਼ ਹੈ ਨਾ ਜੀ ਉਹ ਤਦੇ ਦੁਨੀਆਂ ਦੇ ਵਿੱਚ ਸਫਲ ਹੋ ਸਕਦਾ ਹੈ ਜਿਹਦੇ ਆਪਣੇ ਅੰਦਰੂਨੀ ਮਸਲੇ ਵੀ ਹੱਲ ਹੋਣ ਅੰਦਰੂਨੀ ਮਸਲਿਆਂ 'ਚ ਭਰਿਆ ਪਿਆ ਸਾਰਾ ਹਿੰਦੁਸਤਾਨ ਦਾ ਸਾਰਾ ਸਟਰਕਚਰ ਹੈ ਜੀ ਚੋਣਾਂ ਆ ਰਹੀਆਂ ਨੇ ਚੋਣਾਂ ਦੇ ਵਿੱਚ ਜਿਹੜਾ ਇੰਡੀਆ ਅਲਾਇੰਸ ਬਣਿਆ ਉਹਦੇ ਲਗਾਤਾਰ ਤਾਕਤ ਵੱਧ ਰਹੀ ਹੋਗੀ ਹੁਣ ਪਿੱਛੇ ਜੇ ਨਿਤੀਸ਼ ਕੁਮਾਰ ਨੇ ਬੰਗਾਲ ਦੇ ਬਿਹਾਰ ਦੇ ਚੀਫ ਮਿਨਿਸਟਰ ਨੇ ਜਿਹੜਾ ਉਹ ਜਾਤੀ ਅਧਾਰਤ ਸਰਵੇ ਦਿੱਤਾ ਹੈ ਉਹਦੇ 'ਚ ਬੜਾ ਇੱਕ ਤਰ੍ਹਾਂ ਦਾ ਬੰਬਸ਼ੈਲ ਚੱਲ ਪਿਆ ਜੀ ਕਿ 73% ਜਿਹੜੀ ਹੈ ਵਸੋਂ ਓ ਬੀ ਸੀ ਦੀ ਅਤੇ ਸਾਰੇ ਮਨਿਓਰਟੀਜ ਦੀ ਉਹ ਮਤਲਬ ਸਵਰ ਜਾਤੀਆਂ ਦੇ ਖਿਲਾਫ ਹੈ ਵਿਰੁੱਧ ਹੈ ਜਾਂ ਉਹਨਾਂ ਦੀ ਬਰਾਬਰ ਖੜੀ ਹੈ ਅਤੇ ਇਹ ਗੱਲ ਆ ਰਹੀ ਹੈ ਕਿ ਲੋਕਾਂ ਦੀ ਜਾਂ ਲੋਕ ਯੁੱਗਾਂ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਕਰਾਉਣੀਆਂ ਨੇ
ਜਾਂ ਜੇ ਕੁਛ ਉਹਨਾਂ ਨੂੰ ਮਤਲਬ ਜੋ ਰਹਿਤਾਂ ਦੇਣੀਆਂ ਨੇ ਔਰ ਉਹਨਾਂ ਦੀ ਜਾਤੀ ਅਧਾਰਤ ਜਿਹੜੀ ਗਣਨਾ ਹੈਗੀ ਉਹਦੇ ਮੁਤਾਬਕ ਦਿੱਤਾ ਜਾਵੇ। ਹੁਣ ਰਾਜਸਥਾਨ ਵੀ ਕਰ ਰਿਹਾ, ਸੋ ਸੁਪਰੀਮ ਕੋਰਟ ਨੇ ਮੰਨ ਲਈ ਗੱਲ। ਇਸ ਕਰਕੇ ਬੜੀ ਅਜੀਬ ਜਿਹੀ ਸਥਿਤੀ ਬਣੀ ਹੈ ਕਿ ਜਿਹੜਾ ਸਾਊਦਰਨ ਸਟੇਟਸ ਨੇ, ਸਾਊਦਰਨ ਸਟੇਟਸ ਜਿਹੜੀਆਂ ਨੇ ਉਹਨਾਂ ਦਾ ਨਾਲ ਜਿਹੜਾ ਨੌਰਥ ਇੰਡੀਅਨ ਲੋਕਾਂ ਦਾ ਜਿਹੜਾ ਟਕਰਾਅ ਵੱਧ ਰਿਹਾ। ਇੱਕ ਤਾਂ ਇਹ ਗੱਲ ਹੋ ਕਿ ਉਹ ਜਿਹੜੀਆਂ 6 ਸਟੇਟਸ ਨੇ ਉੱਥੇ ਬੀਜੇਪੀ ਦਾ ਕੋਈ ਮਤਲਬ ਆਪਣਾ ਇਸਲੇ ਫੁੱਟ ਹੋਲਡ ਨਹੀਂ ਬਣ ਰਿਹਾ। ਨੌਰਥ ਈਸਟ ਇੰਡੀਆ ਜਿਹੜਾ ਮਨੀਪੁਰ ਛੱਡ ਰਿਹਾ ਉਹਦੇ ਨਾਲ ਹੋਰ ਸਰਕਾਰਾਂ ਤੇ ਪੈ ਰਿਹਾ। ਹਿੰਦੁਸਤਾਨ ਦੇ ਜਿਹੜਾ ਨੌਰਥ ਜਿਹੜੀ ਨੌਰਦਰਨ ਬੈਲਟ ਹੈ, ਕੋ ਬੈਲਟ ਹੈ, ਕੋ ਬੈਲਟ ਦੇ ਵਿੱਚ ਵੀ ਝਗੜਾ ਹੈ, ਬੜੇ ਵੱਡੇ ਮਤ ਭੇਜ ਨੇ, ਇੰਡੀਆ ਅਲਾਇੰਸ ਵੱਧ ਰਿਹਾ। ਇਸ ਕਰਕੇ ਜੇਕਰ ਹਿੰਦੂ ਜਿਹੜੀ ਜਿਹੜੀ ਮੋਦੀ ਦੀ ਨੀਤੀਆਂ ਨੇ ਜਾਂ ਅਮਿਤ ਸ਼ਾਹ ਦੀ ਜਿਹੜੀ ਗੁਜਰਾਤ ਲੌਬੀ ਹੈ, ਇਸ ਦੇ ਨਾਲ ਜਿਹੜੀਆਂ ਸਥਿਤੀਆਂ ਬਣਦੀਆਂ ਪਈਆਂ ਨੇ ਉਸ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਮੋਦੀ ਸਾਹਿਬ ਨੇ ਕਮਜ਼ੋਰ ਹੋ ਰਿਹਾ। ਸੋ ਸਾਰੀ ਸਥਿਤੀ ਜਿਹੜੀ ਬਣ ਰਹੀ ਹੈ ਨਾ ਜੀ, ਨੌਰਦਰਨ ਵਿੱਚ ਵੀ ਸਾਰੇ 4-5 ਸੈਗਮੈਂਟ ਬਣ ਗਏ ਨੇ, ਇਹਦੇ ਵਿੱਚ ਮੋਦੀ ਸਾਹਿਬ ਘਿਰ ਗਏ ਨੇ ਅਤੇ ਆਉਣ ਵਾਲੇ 24 ਕੀ ਰਿਜ਼ਲਟ ਨਿਕਲਦੇ ਵੱਖਰੀ ਗੱਲ ਹੈ। ਪਰ ਮੈਂ ਇੱਥੇ ਗੱਲ ਕਰਨਾ ਚਾਹਾਂਗਾ ਸਿੱਖਾਂ ਦੀ ਵੀ, ਕਿ ਜੇ ਤੁਸੀਂ ਗਲੋਬਲੀ ਨਹੀਂ ਸੋਚ ਸਕਦੇ ਜਾਂ ਗਲੋਬਲੀ ਤੁਹਾਡੀ ਸੋਚ ਸੀਮਾਵਾਂ ਨੇ ਤਾਂ ਘੱਟੋ ਘੱਟ ਇੰਡੀਆ ਦੇ ਸੰਦਰਭ 'ਚ ਹੀ ਸੋਚ ਲਓ ਕਿ ਅਸੀਂ ਹਿੰਦੁਸਤਾਨ ਜਿਹੜੀ ਸਰਕਾਰ ਹੈ ਇਸ ਵੇਲੇ ਕਿਸੇ ਨਾ ਕਿਸੇ ਨੂੰ ਫਸੀ ਹੋਈ ਹੈ, ਚਾਹੇ ਜਿਹੜੇ ਉਹਨੂੰ ਚੈਲੇਂਜਸ ਰਾਹੁਲ ਗਾਂਧੀ ਵੱਲੋਂ ਨੇ ਚਾਹੇ ਇੰਡੀਆ ਅਲਾਇੰਸ ਵੱਲੋਂ ਨੇ ਕੁਛ ਹੈਗੇ ਨੇ, ਪਰ ਸਵਾਲ ਵਿੱਚ ਸਾਡੀਆਂ ਮੰਗਾਂ ਕੌਣ ਪੂਰੀਆਂ ਕਰੇਗਾ? ਹੁਣ ਨਵੀਂ ਸੱਤਾ ਵੀ ਚਲੋ ਆ ਜਾਏਗੀ, ਨਵੀਂ ਸੱਤਾ ਆ ਰਹੀ ਹੈ, ਪਰ ਸਵਾਲ ਵੀ ਅਸੀਂ ਕਿ ਸਟ੍ਰੈਟੇਜਿਕ ਵਾਰਫੇਅਰ ਲੜਨ ਵਾਸਤੇ ਜਿਹੜੀਆਂ ਡਿਪਲੋਮੈਟਿਕ ਅਤੇ ਮਨੋਵਿਗਿਆਨਕ ਅਤੇ ਮੀਡੀਆ ਵਾਰਵੇ ਅਤੇ ਹੋਰ ਸਾਰੇ ਜਿਹੜੀ ਸਾਡੀਆਂ ਆਰਥਿਕ ਵਾਰਫੇਅਰ ਸਾਡੀ ਸਟਰੋਂਗ ਪੁਆਇੰਟਸ ਨੇ, ਉਦੋਂ ਮੁਤਾਬਕ ਕੀ ਅਸੀਂ ਕੋਈ ਤਿਆਰੀ ਕਰ ਰਹੇ ਹਾਂ ਸਟ੍ਰੈਟੇਜਿਕ ਵਾਰਫੇਅਰ ਕਹਿਣਾ? ਸੋ ਇੱਥੇ ਆ ਕੇ ਤਾਂ ਦੇਖੋ, ਮੈਂ ਸਮਝਦਾ ਸਾਡੇ ਜਿਹੜੇ ਸਿੱਖਾਂ ਦੀ ਬਿਲਕੁਲ ਹੀ ਇੱਕ ਤਰ੍ਹਾਂ ਦਾ ਮੇਰੇ ਚਾਹੇ ਸਿਰਸਾ ਵਰਗੇ ਨੇ, ਚਾਹੇ ਹਰਿਆਣੇ ਵਰਗੇ ਨੇ, ਚਾਹੇ ਕੋਈ ਨਹੀਂ ਇੰਡੀਆ ਦੇ ਵਿੱਚ ਨੇ, ਪੰਜਾਬ 'ਚ ਨੇ, ਸਿੱਖ ਨੇ, ਹਰ ਬੰਦਾ ਆਪਣਾ ਨਹੀਂ ਵਿਕ ਵਿਕਾਊ ਮਾਲ ਹੈ ਜੀ, ਆਪਣੀ ਕੀਮਤ ਬਣਾਈ ਬੈਠਾ ਜੀ, ਇਸ ਬਾਰੇ ਸੋਚਣ ਦੀ ਕਦੀ ਸੋਚਣ ਦਾ ਉਹਨਾਂ ਨੇ ਜ਼ਿਹਮਤ ਹੀ ਨਹੀਂ ਉਠਾਈ। ਸੋ ਮੈਂ ਗੱਲ ਕਰ ਰਿਹਾ ਵੀ ਸਟ੍ਰੈਟੇਜਿਕ ਵਾਰਫੇਅਰ ਤਾਂ ਕਿਸੇ ਚੀਜ਼ ਦਾ ਨਾਂ ਹੈ ਨਾ ਜੀ, ਉਸ ਵਾਸਤੇ ਸਿੱਖਾਂ ਦੇ ਵਿੱਚ ਕਿਹੜੇ ਲਾਗੂ ਹੈ ਜਿਹੜੇ ਇਸ ਬਾਰੇ ਸੋਚੇ, ਇਸ ਬਾਰੇ ਗੱਲ ਕਰੇ? ਅਸੀਂ ਛੋਟੀ ਛੋਟੀਆਂ ਇਸ਼ੂਜ਼ ਲੈ ਕੇ ਸਾਰਾ ਪਾਸੇ ਆਪਣੀ ਸਾਰੀ ਸ਼ਕਤੀ ਸਮਾਂ ਗੁਜ਼ਾਰੇ ਗੁਆਰੇ ਹਾਂ, ਅਤੇ ਨਾ ਸਾਡੇ ਕੌਮੀ ਦਲ ਨੂੰ ਕੋਈ ਪਤਾ ਹੈ, ਨਾ ਜਿਹੜੀ ਬੋਧੀ ਬੋਧੀ ਧਿਰ ਨੇ ਉਹਨਾਂ ਨੂੰ ਪਤਾ ਹੈ, ਨਾ ਕੌਮੀ ਸਾਮ ਮੋਰਚੇ ਦੀ ਨਵੀਂ ਉੱਪਰੀ ਲੀਡਰਸ਼ਿਪ ਨੂੰ ਪਤਾ ਹੈ, ਨਾ ਕਿਸੇ ਤਰੀਕੇ ਨਾਲ ਸਾਡੇ ਜਿਹੜੇ ਆ ਸੰਘਰਸ਼ੀਲ ਯੋਧੇ ਰਹੇ ਹੈਗੇ ਨੇ ਵਾਰਸ ਬਚੇ ਹੋਏ, ਨਾ ਉਹਨਾਂ ਨੂੰ ਪਤਾ ਜੀ ਕੁਛ, ਮਤਲਬ ਸਾਰੇ ਪਾਸੇ ਹਨੇਰਾ ਹੀ ਪਿਆ ਹੈ ਜੀ। ਇਸ ਹਨੇਰੇ ਦੇ ਆਲਮ ਵਿੱਚ ਸਾਡਾ ਆਉਣ ਵਾਲੇ ਸਮੇਂ 'ਚ ਅੱਗੇ ਕਿਵੇਂ ਵਧਾ ਗਿਆ ਸੀ? ਮੇਰਾ ਇਹ ਪੁਆਇੰਟ, ਇਹ ਦੁੱਖ ਹੈ ਨਾ ਅਸੀਂ ਇੰਟਰਨੈਸ਼ਨਲ ਸੋਚ ਸਕੀਏ, ਮੌਕਾ ਦਾ ਅਸੀਂ ਮੌਕਾ ਗੁਆ ਦਿੰਦੇ ਹਾਂ, ਨਾ ਅਸੀਂ ਹਿੰਦੁਸਤਾਨ ਦੇ ਪੱਧਰ 'ਤੇ ਸੋਚੀਏ, ਨਾ ਪੰਜਾਬ ਦੇ ਪੱਧਰ 'ਤੇ ਸੋਚੀਏ, ਨਾ ਸਾਡੀ ਕੋਈ ਨੀਤੀ ਹੈ, ਨਾ ਸਾਡਾ ਕੋਈ ਐਸੀ ਰਣਨੀਤੀ ਹੈ। ਸੋ ਮੈਂ ਸਮਝਦਾ ਕਿ ਬੜਾ ਦੁਖਦਾਈ ਤਾਂ ਗੱਲ ਹੈਗੀਆਂ ਨੇ ਭਾਈ ਸਾਹਿਬ, ਪਰ ਫਿਰ ਗੁਰੂ ਮਹਾਰਾਜ ਦੀ ਅਰਦਾਸ ਤਾਂ ਕਰਨੀ ਪੈਂਦੀ ਹੈ ਨਾ ਜੀ, ਅਰਦਾਸ ਕਰਨੇ ਹੈ ਕਿ ਮਹਾਰਾਜ ਭਲੀ ਕਰੇ, ਕੋਈ ਨਾ ਕੋਈ ਨਵੀਂ ਲੀਡਰਸ਼ਿਪ ਨਿਕਲੇ, ਨਵੇਂ ਹਾਲਾਤ ਬਣਨ, ਪਰ ਫਿਰ ਵੀ ਸਮਾਂ ਜਿਹੜਾ ਨਾ ਲੰਘ ਨਾ ਜਾਵੇ, ਇਹ ਡਰ ਹੈ ਜੀ। ਬਿਲਕੁਲ ਤੁਹਾਡੀ ਗੱਲ ਤੋਂ, ਚਲੋ ਮੈਂ ਅੱਜ ਤੁਹਾਡੀ ਸਿਹਤ ਵੀ ਠੀਕ ਨਹੀਂ ਹੈ, ਮੈਂ ਤਾਂ ਸਵਾਲ ਹੋਰ ਵੀ ਲੈਣੇ ਸੀ ਤੁਹਾਡੇ ਕੋਲੋਂ, ਪਰ ਇੱਕ ਗੱਲ ਜਿਹੜੀ ਲਾਸਟ ਕਹੀ ਵੀ ਗੁਰੂ ਸਾਹਿਬ ਮੁਰੇ ਅਰਦਾਸ ਜਿਹੜੀ ਹੈ ਨਾ ਜੀ, ਅਰਦਾਸ ਤਾਂ ਮੈਨੂੰ ਇਹ ਗੱਲ ਆਉਂਦੀ ਵੀ ਆਪਾਂ ਲੀਡਰਸ਼ਿਪ ਲੱਭਦੇ ਹਾਂ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਨਾਲ ਟੁੱਟੇ ਹੋਏ ਨਾ, ਆਪਾਂ ਲੀਡਰ ਗੁਰੂ ਸਾਹਿਬ ਨੂੰ ਨਹੀਂ ਮੰਨ ਰਹੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਦੋਂ ਆਪਾਂ ਸਾਰੇ ਜੁੜਾਂਗੇ ਫਿਰ ਉੱਥੇ ਕੋਈ ਨਾ ਕੋਈ ਜਿਹੜਾ ਹੈਗਾ ਗੁਰੂ ਦਾ ਪਿਆਰਾ ਵੀ ਨਿਕਲੇਗਾ ਜਿਹੜੇ। ਇਹਦੇ ਵਾਸਤੇ ਨਾ ਜੀ, ਠੀਕ ਹੈ ਮੈਂ ਤੁਹਾਡੀ ਗੱਲ ਸਮਝ ਗਿਆ, ਇਹਦੇ ਵਾਸਤੇ ਗੁਰੂ ਨਾਨਕ ਦਾ ਜਿਹੜਾ ਮਾਡਲ ਹੈ ਨਾ ਜੀ, ਕਰਤਾਰਪੁਰੀ ਮਾਡਲ, ਸਾਡੇ ਵਾਸਤੇ ਉਹ ਰਸਤਾ ਦਿਖਾ ਸਕਦਾ ਹੈ। ਇੱਕ ਮਿਸ਼ਨ ਪੰਜਾਬ ਸ਼ੁਰੂ ਕਰੀਏ ਬੜੀ ਇਮਾਨਦਾਰੀ ਨਾਲ, ਆਉਣ ਵਾਲੇ ਸਮੇਂ 'ਚ ਨਵਾਂ ਪੰਜਾਬ ਕਿਵੇਂ ਉਸਾਰਨਾ, ਇੱਕ ਉੱਜਲ ਪੰਜਾਬ ਦੀ ਇੱਕ ਰੂਪਰੇਖਾ ਤਿਆਰ ਕਰੀਏ, ਜੋ ਲੜਦੀ ਹੈ ਕਰਨ ਦੇ ਨਾਲ, ਕੋਈ 5-10-20 ਬੰਦੇ ਬੈਠ ਕੇ ਸੋਚਣ, ਗੰਭੀਰ ਵਿਚਾਰ ਕਰਨ ਅਤੇ ਗੁਰੂ ਨਾਨਕ ਤੋਂ ਤਰਲਾ ਲੈਣ, ਕਰਤਾਰਪੁਰੀ ਮਾਡਲ ਤੋਂ ਤਰਲਾ ਲੈਣ, ਤਾਂ ਕਿ ਉਹਦੇ 'ਚੋਂ ਕੁਛ ਨਵੀਆਂ ਗੱਲਾਂ ਨਿਕਲ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਦੇ ਨਾਲ ਅਸੀਂ ਇੱਕ ਨਵਾਂ ਪੰਜਾਬ ਅਤੇ ਨਵਾਂ ਪੰਥ ਛਿੜ ਸਕੀਏ, ਮੇਰੀ ਤਾਂ ਦੁਆ ਹੈ। ਸੋ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਵਾਹਿਗੁਰੂ ਜੀ, ਤੁਸੀਂ ਆਪਣੀ ਸਿਹਤ ਤੁਹਾਡੀ ਢਿੱਲੀ ਦਿੱਤਾ ਜੀ, ਡੇਂਗੂ ਹੋ ਗਿਆ ਸੀ ਜੀ, ਉਹਦੇ ਨਾਲ ਕਾਫੀ ਵੀਕਨੈਸ ਹੋ ਜਾਂਦੀ ਹੈ ਜੀ। ਚਲੋ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਫਿਰ ਹੁਣ ਤੁਸੀਂ ਸਿਹਤਯਾਬੀ ਤੁਹਾਡੀ ਛੇਤੀ ਛੇਤੀ ਹੋ ਗਈ, ਹੋਰ ਵੀ ਤੁਹਾਡੇ ਨਾਲ ਫਿਰ
ਸਵਾਵਾਂ ਆਪਾਂ ਲਵਾਂਗੇ। ਸੋ ਕਰਦੇ ਰਹੀਦੇ ਫਿਰ ਵੀ ਕੋਈ ਨਾ ਕੋਈ ਲਿਖਦੀ ਲਿਸਟ ਪੜ੍ਹਦੇ ਰਹੀਦਾ ਜੀ, ਵਿਹਲਾ ਤਾਂ ਰਹੀਦਾ ਨਹੀਂ ਹੁੰਦਾ ਜੀ। ਜੀ ਜੀ ਬਿਲਕੁਲ, ਕੋਈ ਆਤਮ ਮਜ਼ਬੂਰੀ ਹੋ ਜਾਏ ਵੱਖਰੀ ਗੱਲ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।